ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜਦ ਅਸੀਂ ਕਿਸੇ ਮੰਜ਼ਿਲ ਨੂੰ ਹਾਸਲ ਕਰਨਾ ਹੁੰਦਾ ਸੋ ਇਸੇ ਤਰ੍ਹਾਂ ਦੀ ਦਾਸਤਾਨ ਹੈ ਜਿਲ੍ਹਾ ਗਰਦਾਸਪੁਰ ਦੇ ਬਟਾਲਾ ਵਿਖੇ ਸੇਵਾ ਨਿਭਾਰੇ ਪਤੌਰ ਡੀਐਸਪੀ ਹਰਿੰਦਰ ਗਿੱਲਦੀ ਕਿਉਂਕਿ ਗਰੀਬੀ ਵਿੱਚੋਂ ਨਿਕਲ ਕੇ ਇੱਕ ਚੰਗਾ ਮੁਕਾਮ ਹਾਸਲ ਕੀਤਾ ਹੈ ਕਿਉਂਕਿ ਡੀਐਸਪੀ ਸਾਹਿਬ ਪਹਿਲਾਂ ਦਰਜੀ ਦਾ ਕੰਮ ਕਰਦੇ ਸੀ ਅਤੇ ਉਸ ਕੰਮ ਦੇ ਨਾਲ-ਨਾਲ ਉਹਨਾਂ ਨੇ ਪਤਨੀ ਦੇਖੀ ਅਤੇ ਪੰਜਾਬ ਪੁਲਿਸ ਵਿੱਚ ਪਤੌਰ ਕਾਂਸਟੇਬਲ ਪਤਨੀ ਹੋਏ ਫਿਰ ਉਸ ਬਾਈਗਰੂ ਨੇ ਸਾਥ ਦਿੱਤਾ ਤੇ ਇੱਕ ਚੰਗੇ ਅਹੁਦੇ ਤੇ ਪਹੁੰਚ ਕੇ ਅਤੇ ਆਪਣੇ ਅਨਪੜ੍ਹ ਮਾਪੇ ਦੇ ਸਭ ਸੁਪਨੇ ਪੂਰੇ ਕਰ ਦਿੱਤੇ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਉਹ शख्सियत ਨਾਲ ਮਿਲਾਨ ਜਾ ਰਹੇ ਹਾਂ ਕਿ ਜੋ ਲੋ ਪਰਿਵਾਰ ਤੇ ਗਰੀਬ ਪਰਿਵਾਰ ਤੋਂ ਉੱਠ ਕੇ ਅੱਜ ਬਤੌਰ ਡੀਐਸਪੀ ਬਟਾਲਾ ਸਿਟੀ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ ਅੱਜ ਤੁਹਾਨੂੰ ਉਹਨਾਂ ਨਾਲ ਮਿਲਾਨ ਜਾ ਰਹੇ ਆ ਉਹਨਾਂ ਕੋਲ ਪੁੱਛਦੇ ਆ ਕਿ ਕਿੱਦਾਂ ਉਹਨਾਂ ਨੇ ਆਪਣਾ ਸਟਰਗਲ ਕਰਕੇ ਬਤੌਰ ਡੀਐਸਪੀ ਦੀ ਜਿਹੜੀ ਡਿਊਟੀ ਕਰ ਰਹੇ ਨੇ ਬਟਾਲਾ ਸਿਟੀ ਵਿੱਚ ਅੱਜ ਤੁਹਾਨੂੰ ਉਹਨਾਂ ਨਾਲ ਰੂਬਰੂ ਕਰਾ ਰਹੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਹਾਂ ਜੀ ਬੀਕੋ ਜੀ ਜੋ ਤੁਸੀਂ ਮੈਨੂੰ ਕੋ ਪੁੱਛਤਾ ਹੈ ਉਹਦੇ ਬਾਰੇ ਤੁਹਾਡਾ ਮੈਂ ਸਤੂਰ ਜੀ ਹੈ ਕਿ ਨਾ ਮੇਰੀ ਲਾਈਫ ਇੱਕ ਜ਼ੀਰੋ ਲੈਵਲ ਤੋਂ ਸ਼ੁਰੂ ਕਰਕੇ ਅੱਜ ਮੈਂ ਬੀਇੰਗ ਡੀਐਸਪੀ ਦੀ ਡਿਊਟੀ ਨਿਭਾ ਰਿਹਾ ਇਹ ਦੇਨ ਮੇਰੇ ਮਾਤਾ ਪਿਤਾ ਮੇਰੇ ਉਸ ਵੱਡਿਆਂ ਦੀ ਹੈ ਮੇਰੇ ਟੀਚਰਾਂ ਦੀ ਹੈ ਕਿ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਮੈਨੂੰ ਪੜਾਇਆ ਮੈਨੂੰ ਇੱਥੇ ਤੱਕ ਪਹੁੰਚਾਇਆ ਕਿ ਸਭ ਤੋਂ ਵੱਲਾਂ ਮੈਂ ਉਸ ਆਪਣੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਮੇਰੇ ਜੇ ਮਾਤਾ ਪਿਤਾ ਨੇ ਅੱਜ ਕੱਲ੍ਹ ਸਵਰਗੀ ਸਵਰਗਵਾਸੀਏ ਉਹ ਜਾ ਚੁੱਕੇ ਨੇ ਉਹਨਾਂ ਦਾ ਮੇਰੇ ਮਨ ਵਿੱਚ ਅਜੇ ਵੀ ਚਾਹ ਸ਼ਾਇਦ ਕਿ ਉਹ ਹੁਣੇ ਮੈਨੂੰ ਦੇਖਦੇ ਹੋਣ ਕਿ ਸਾਡਾ ਬੇਟਾ ਰੂਬਰੂ ਹੋ ਰਿਹਾ ਨੇ ਮੈਨੂੰ ਆਸ ਹੈ ਮੈਨੂੰ ਇੱਕ ਮਾਨ ਹੈ ਕਿ ਮੈਂ ਇੱਕ ਜ਼ੀਰੋ ਲੈਵਲ ਤੋਂ ਉੱਠ ਕੇ ਆਪਣੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ। ਔਰ ਮੈਂ ਆਪਦੇ ਬੱਚਿਆਂ ਨੂੰ ਵੀ ਆਪਣੀ ਲਾਈਫ ਬਾਰੇ ਦੱਸਿਆ। ਉਸ ਦੱਸਣ ਦੇ ਨਾਲ ਜੋ ਮੇਰੇ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਉਪਜਿਆ ਉਹ ਤੇ ਮੇਨ ਮੰਨ ਹੈ। ਮੇਰੀ ਬੇਟੀ ਔਰ ਬੇਟਾ ਪਰਿਵਾਰ ਔਰ ਮੇਰੇ ਮੈਸੇਜ ਅਸੀਂ ਮੈਂ ਪਿੰਡ ਰਾਜਸਤਰੀ ਜਨ ਬਲਾਉਂ ਕਰਦਾ। ਰਹਿਸ਼ ਮੇਰੀ ਅਮਰਸਰ ਹੈ। ਔਰ ਮੇਰੇ ਮੈਸੇਜ ਨੇ ਜੋ ਬੱਚਿਆਂ ਦੀ ਪਰਵਰਿਸ਼ ਵਿਚ ਦੌਰਾਨ ਮੇਰੇ ਨਾਲ ਸਾਥ ਦਿੱਤਾ ਤਾਂ ਮੈਂ ਜਿੰਦਗੀ ਭਰ ਨਹੀਂ ਭੁੱਲूंगा ਕਿਉਂਕਿ ਪੁਲਿਸ ਅਫਸਰ ਜਾ ਨੂੰ ਜ਼ਿਆਦਾ ਡਿਊਟੀਆਂ ਪੈਣ ਦੇ ਕਰਕੇ ਜਾਂ ਜ਼ਿਆਦਾ ਡਿਊਟੀਆਂ ਹੋਣ ਦੇ ਕਰਕੇ ਜ਼ਿਆਦਾਤਰ ਘਰ ਤੋਂ ਬਾਹਰ ਰਹਿਣਾ ਪੈਂਦਾ ਕਿਉਂਕਿ ਡਿਊਟੀ ਕਰਨੀ ਹੈ ਤੇ ਫਿਰ ਘਰ ਵੀ ਛੱਡਣਾ ਪੈਂਦਾ ਔਰ ਮੇਰੇ ਮਿਸ ਜ ਨੇ ਬੱਚਾ ਨੂੰ ਪਾਲਿਆ ਪੜਾਇਆ ਔਰ ਇਥੋਂ ਇਸ ਮਤਾਮ ਮਕਾਮ ਤੱਕ ਪਹੁੰਚਾਇਆ ਕਿ ਮੇਰੀ ਬੇਟੀ ਅੱਜ ਪੋਸਟ ਗ੍ਰੈਜੂਏਟ ਔਰ ਗੋਲਡ ਮੈਡਲਿਸਟ ਇਨ ਪੋਲੀਟੀਕਲ ਸਾਇੰਸ ਔਰ ਬੇਟਾ ਮੇਰਾ ਅੱਜ ਕੈਨੇਡਾ ਵਿੱਚ ਬੈਠਾ ਮੈਂ ਉਸ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਹੈ ਅਕਾਲ ਪੁਰਖ ਤੂੰ ਜੋ ਮੇਰੇ ਨਮਾਣੇ ਜੀ ਦੀ ਮਦਦ ਕਰਕੇ ਔਰ ਮੇਰੇ ਮਿਹਨਤ ਸਦਕਾ ਜੋ ਰੰਗ ਲੈ ਆਂਦਾ ਉਸੋ ਕਾਲਪੁਰ ਜੀ ਦੇਨ ਹੈ ਔਰ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਇਹ ਆ ਕਰਦਾ ਹੈ ਕਿ ਕੁਛ ਪੌਣ ਨਾਲ ਪੌਣ ਕੰਮ ਪੌਣ ਵਾਸਤੇ ਕੁਛ ਕਰਨਾ ਜ਼ਰੂਰੀ ਹੈ ਅੱਜਕਲ ਨਸ਼ਿਆਂ ਦੇ ਗੁਲਤਾਨ ਵਿੱਚ ਹੋਏ ਨੌਜਵਾਨਾਂ ਨੂੰ ਮੈਂ ਇਹ ਪ੍ਰੇਰਿਤਾਂ ਐਡਵਾਈਸ ਔਰ ਸਿੱਖਿਆ ਜਾਂ ਅਗਾ ਕਰਦਾ ਕਿ ਇਹਨਾਂ ਤੋਂ ਨਿਕਲ ਕੇ ਆਪਣੀ ਲਾਈਫ ਨੂੰ ਬਣਾਉਣ ਵਾਸਤੇ ਆਪਣੇ ਮਾਤਾ ਪਿਤਾ ਦੀ ਇੱਜ਼ਤ ਵਧਾਉਣ ਵਾਸਤੇ ਪੜਨਾ ਬਹੁਤ ਜ਼ਰੂਰੀ ਹੈ ਮਿਹਨਤ ਕਰੋ ਮਿਹਨਤ ਸਦਕਾ ਤੁਸੀਂ ਆਪਣੀ ਲਾਈਫ ਦਾ ਅਮੀਸ਼ਨ ਚੁਣੋ ਉਸ ਟਾਰਗੇਟ ਤੇ ਚਲੋ ਮਾਤਾ ਪਿਤਾ ਦੀ ਚੱਕ ਕਰੋ ਟੀਚਰਾਂ ਦੀ ਚੱਕ ਕਰੋ ਔਰ ਆਪ ਤੋਂ ਵੱਡੇ ਦੀ ਇੱਜ਼ਤ ਕਰੋ ਤਾਂ ਹੀ ਤੁਸੀਂ ਕੁਝ ਪਾ ਸਕੋਗੇ। ਡਿਟੀ ਸਾਹਿਬ ਦੱਸਿਆ ਜਾਂਦਾ ਕਿ ਤੁਹਾਡੇ ਮਾਤਾ ਪਿਤਾ ਜਿਹੜੇ ਉਹਨਾਂ ਨੇ ਬਹੁਤ ਤੁਹਾਡਾ ਸਹਿਯੋਗ ਦਿੱਤਾ। ਕਿੱਦਾਂ ਦਾ ਰਵੱਈਆ ਰਿਹਾ ਤੁਹਾਡੇ ਪ੍ਰਤੀ ਉਹਨਾਂ ਦਾ? ਦੇਖੋ ਮੇਰੇ ਮਾਤਾ ਪਿਤਾ ਨੇ ਜੋ ਉਹ ਯੋਗਦਾਨ ਦਿੱਤਾ ਉਹ ਮੈਂ ਦੇ ਹੀ ਨਹੀਂ ਸਕਦਾ ਉਸਾਂ। ਜੋ ਉਹਨਾਂ ਨੇ ਕੀਤਾ ਉਹ ਮੈਂ ਦੇ ਹੀ ਨਹੀਂ ਸਕਦਾ। ਜੋ ਮੇਰੀ ਲਾਈਫ ਦੇ ਵਿੱਚ ਇੱਕ ਕਰਵਟ ਆਇਆ ਜੋ ਮੇਰੀ ਲਾਈਫ ਦੇ ਵਿੱਚ ਇੱਕ ਚੇਂਜਸ ਆਈ ਹੈ ਉਹ ਮੇਰੇ ਮਾਤਾ ਪਿਤਾ ਤੇ ਦੇਣ ਹੈ ਜੇਕਰ ਉਹ ਮੈਨੂੰ ਪੜਾਉਂਦੇ ਹੀ ਨਾ ਜਾ ਮੈਨੂੰ ਸਕੂਲ ਇਹ ਨਾ ਭੇਜਦੇ ਤੇ ਮੈਂ ਇਸ ਮਕਾਮ ਤੇ ਨਹੀਂ ਸੀ ਪਹੁੰਚ ਸਕਦਾ ਉਹਨਾਂ ਦੇ ਦੇਣ ਹੈ ਮੇਰੇ ਟੀਚਰਾਂ ਦੇ ਦੇਣ ਹੈ ਮੇਰੇ ਪ੍ਰੋਫੈਸਰਾਂ ਦੇ ਦੇਣ ਹੈ ਕਿ ਜਿਨ੍ਹਾਂ ਨੇ ਮੈਨੂੰ ਆਊਟ ਆਫ ਟਰਨ ਤੋਂ ਪੜ੍ਹਾਈ ਤੋਂ ਅਲੱਗ ਰਹਿ ਕੇ ਮੇਰੀ ਮਦਦ ਕੀਤੀ ਮੇਰੇ ਮਾਸਟਰ ਮਦਨ ਲਾਲ ਜੀ ਰਿਟਾਇਰਡ ਨੇ ਸਾਇੰਸ ਟੀਚਰ ਨੇ ਮੇਰੇ ਪੰਜਾਬੀ ਦੇ ਟੀਚਰ ਨੇ ਸਰਾਜ ਗਗਨ ਸਿੰਘ ਜੀ ਔਰ ਹੋਰ ਵੀ ਟੀਚਰ ਮੇਂ ਮਿਲਦੇ ਨੇ ਤਾਂ ਮੈਂ ਹੁਣ ਵੀ ਉਹਨਾਂ ਦੀ ਜੋ ਉਹਨੀ ਇੱਜ਼ਤ ਕਰਦਾ ਜਿੰਨੀ ਮੈਂ ਉਸ ਦਿਨਾਂ 'ਚ ਕਰਦਾ ਸੀ ਜੇਕਰ ਅਸੀਂ ਕਿਸੇ ਦੀ ਇੱਜ਼ਤ ਨਹੀਂ ਕਰਦੇ ਤਾਂ ਅਸੀਂ ਪਾ ਨਹੀਂ ਸਕਦੇ ਅੱਜ ਉਹਨਾਂ ਦੀ ਬਦੌਲਤ ਮੈਂ ਐਜ਼ ਅ ਬੀਂਗ ਡੀਐਸਪੀ ਸਪੈਸ਼ਲ ਬ੍ਰਾਂਚ ਤੁਹਾਡੇ ਬਟਾਲਾ ਸ਼ਹਿਰ ਦੇ ਵਿੱਚ ਡਿਊਟੀ ਨਿਭਾ ਰਿਹਾ ਹਾਂ ਔਰ ਜੋ ਬਟਾਲਾ ਸ਼ਹਿਰ ਦੇ ਨਿਵਾਸੀਆਂ ਨੇ ਮੇਰੀ ਡਿਊਟੀ ਦੇ ਦੌਰਾਨ میری بینتیاں نو ਪ੍ਰਵਾਨ ਕਰਦੇ ਹੋਏ ਮੈਂ ਕਰੀਬ 11 ਮਹੀਨੇ ਤੋਂ ਇੱਥੇ ਕੰਮ ਕਰ ਰਿਹਾ ਹਾਂ। ਔਰ ਆਪਣੀ ਇਸ ਡਿਊਟੀ ਦੇ ਦੌਰਾਨ ਮੈਂ ਹਰ ਤਰ੍ਹਾਂ ਦਾ ਕਰਾਇਮ ਡਿਟੈਕਟਿਵ ਤਾ ਐਂਡੀਪੀਐਸ ਗੈਂਬਲਿੰਗ, ਥੈਪਟਿੰਗ ਔਰ ਹੋਰ ਵੀ ਜਿਹੜੇ ਸਾਡੇ ਕੋ ਮਾੜੇ ਮੋٹے ਨੇ ਜਿ ਤਰ੍ਹਾਂ ਚਾਈਨਾ ਡੋਰ ਨੂੰ ਫੜਨਾ, ਉਹਨਾਂ ਤੇ ਪਰਚੇ ਕਰਾਉਨੇ 188 ਦੇ ਪਰਚੇ ਇਹ ਮੈਂ ਕਾਫੀ ਇਹ ਇਹਨਾਂ ਨੂੰ ਡਿਟेक्ट ਕਰਕੇ ਉਹਨਾਂ ਦੇ ਕਾਰਵਾਈ ਕੀਤੀ ਔਰ ਕਾਫੀ ਹੱਦ ਤੱਕ ਜਿਹੜੀ ਨਸ਼ੇ ਦੀ ਚੀਨ ਟੁੱਟੀ ਹੈ ਬਟਾਲੇ ਸ਼ਹਿਰ ਚ ਉਹ ਤੁਸੀਂ ਜਾਣਦੇ ਹੋ ਔਰ ਮੇਰੇ ਕੰਮ ਨੂੰ ਦੇਖਦੇ ਹੋਏ ਸਰਦਾਰ ਅਸ਼ਪਾਲ ਸਿੰਘ ਜਿਹੜੇ ਤੋਂ ਅਸੀਂ ਬਤਕੇ ਜਾ ਚੁੱਕੇ ਨੇ ਉਹਨਾਂ ਨੇ ਮੈਨੂੰ ਅ ਐਡੀਸ਼ਨਲ ਚਾਰਜ ਸਬ ਡਿਵੀਜ਼ਨ ਸ੍ਰੀ ਹਰਗਬਿੰਦਪੁਰਸਾਫ ਦਾ ਦਿੱਤਾ ਉਹ ਤੋਂ ਬਾਅਦ ਮੈਂ ਸਪੈਸ਼ਲ ਬ੍ਰਾਂਚ ਵਿੱਚ ਆ ਕੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਮੇਰੇ ਮਾਨਜੋਗ ਮੌਜੂਦਾ ਐਸਐਸਪੀ ਸ੍ਰੀ ਅਸ਼ਵਨੀ ਕਪੂਰ ਆਈਪੀਐਸ ਜਿਨ੍ਹਾਂ ਨੇ ਮੇਰੇ ਕੰਮ ਨੂੰ ਪਰਖਦੇ ਹੋਏ ਮੇਰੀ ਡਿਊਟੀ ਦੇਖਦੇ ਹੋਏ ਤੇ ਉਹਨਾਂ ਨੇ ਮੈਨੂੰ ਇੱਕ ਚਾਰਜ ਟ੍ਰੈਫਿਕ ਦਾ ਦਿੱਤਾ ਔਰ ਬਟਾਲਾ ਸ਼ਹਿਰ ਦੇ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਗੌਰਵਪੁਰ ਨੂੰ ਮੱਧਿਆਨ ਰੱਖਦੇ ਹੋਏ ਜਾ 15 ਅਗਸਤ ਨੂੰ ਮੱਧੰਦਰ ਰੱਖਤੇ ਹੋਏ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਸਾਡੀ ਪੁਲਿਸ ਦਾ ਸਹਿਯੋਗ ਦਿੱਤਾ। ਔਰ ਕਾਫੀ 70 95% ਜਿਹੜਾ ਸੁਧਾਰ ਟ੍ਰੈਫਿਕ ਵਿੱਚ ਹੋ ਚੁੱਕਾ ਹੈ। ਮੇਰੇ ਮੁਲਾਜ਼ਮਾਂ ਦੇ ਦਿਨ ਹੈ, ਮੇਰੇ ਅਫਸਰਾਂ ਨੇ ਦਿਨ ਹੈ ਔਰ ਪਬਲਿਕ ਦੀ ਦਿਨ ਹੈ ਜਿਨ੍ਹਾਂ ਨੇ ਕੋਆਪਰੇਟ ਕਰਕੇ ਇਹਨਾਂ ਨੂੰ ਹੱਲ ਕੀਤਾ। ਔਰ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਜੋ ਹੁਣ ਫੈਸਟੀਵਲ ਜਿਹੜੇ ਸ਼ੁਰੂ ਹੋ ਗਏ ਨੇ ਦਸਹਿਰਾ ਦੀਵਾਲੀ ਇਹਨਾਂ ਨੂੰ ਠੀਕ ਤਰੀਕੇ ਨਾਲ ਨਜਿੱਠਣ ਵਾਸਤੇ ਜਾਂ ਮਨਾਉਣ ਵਾਸਤੇ ਜਾਂ ਸੈਲੀਬ੍ਰੇਟ ਕਰਨ ਵਾਸਤੇ ਸਾਨੂੰ ਪੁਲਿਸ ਦਾ ਸਹਿਯੋਗ ਹੋਣਾ ਚਾਹੀਦਾ ਔਰ ਜਿੰਨੀਆਂ ਵੀ ਇਨਕੌਰਜਮੈਂਟਾਂ ਇਹਨਾਂ ਨੇ ਦੁਕਾਨਦਾਰ ਵੀਰਾਂ ਨੇ ਕੀਤੀਆਂ ਨੇ ਮੈਂ মিডিਆ ਦੇ ਥਰੂ ਅਪੀਲ ਕਰਦਾ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਫੈਸਟੀਵਲ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਆਪਣਾ ਜਿਹੜਾ ਸਮਾਨ ਸੰਕੋਚੋ ਦੁਕਾਨਾਂ ਦੇ ਅੰਦਰ ਹੀ ਰੱਖੋ ਤਾਂ ਜੋ ਕੋਈ ਅਨਸ ਕਾ ਵੀ ਘਟਨਾ ਨਾ ਵਾਪਰ ਸਕੇ। ਔਰ ਜੋ ਵੀ ਸਾਡੇ ਟਾਈਮ ਟੂ ਟਾਈਮ ਬਾਲਾ ਤਰਫ ਸਰਾਧਮ ਹੁਕਮ ਹਕਮ ਆਉਂਦੇ ਨੇ ਉਹਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ। ਚਲਾਨ ਕੱਟੇ ਜਾਂਦੇ ਨੇ 188 ਦੇ ਪਰਚੇ ਦਿੰਨੇ ਆ। ਇਹਨਾਂ ਤੋਂ ਛੁੱਟ ਜੇ ਕੋਈ ਹਿਨਸ ਕ੍ਰਾਈਮ ਹੁੰਦਾ ਹੈ ਤੇ ਉਹਨਾਂ ਨੂੰ ਫੜ ਕੇ ਅਸੀਂ ਜੇਲ ਵੀ ਭੇਜਦੇ ਆ। ਜੀ ਪੀ ਸਾਹਿਬ ਸਾਨੂੰ ਪਤਾ ਲੱਗਿਆ ਕਿ ਤੁਸੀਂ ਕੁਝ ਸਮਾਂ ਪਹਿਲਾਂ ਜਿਹੜਾ ਨੌਕਰੀ ਤੋਂ ਪਹਿਲਾਂ ਤੁਸੀਂ ਟੇਲਰਿੰਗ ਦਾ ਕੰਮ ਵੀ ਕੀਤਾ ਉਹਦੇ ਬਾਰੇ ਕੀ ਦਰਸ਼ਨਾਉਣਾ ਦੱਸਣਾ ਸਾਨੂੰ ਦੋਸਤੋ ਮਿਹਨਤ ਕਰੋ ਮੈਂ ਤਾਂ ਮੈਨੂੰ ਤੋਂ ਡਰਦਾ ਨਹੀਂ ਮੈਂ ਅਪੀਲ ਕਰਦਾ ਸਾਰਿਆਂ ਨੂੰ ਮਿਹਨਤ ਕਰੋ ਟੇਲਰਿੰਗ ਕੰਮ ਮਜ਼ਦੂਰੀ ਕਰਨਾ ਜਾਂ ਕੋਈ ਕੰਮ ਕਰਨਾ ਕੋਈ ਚ ਉਹ ਨਹੀਂ ਹੈ ਕਿ ਸਾਨੂੰ ਕਿਸੇ ਦਾ ਮੈਨਾ ਜਾਂ ਸਾਨੂੰ ਕਿਸੇ ਦਾ ਡਰ ਹੈ ਮਿਹਨਤ ਕਰੋ ਮਿਹਨਤ ਕਰਕੇ ਆਪਣੇ ਮਾਪੇ ਤਾਂ ਹੱਥ ਵਟਾਓ ਮਾਪੇ ਉਹ ਸਾਨੂੰ ਜੇ ਸਾਡੇ ਵਾਸਤੇ ਕਰ ਰਿਹਾ ਤੇ ਬੱਚੇ ਦਾ ਵੀ ਕੰਮ ਹੈ ਕਿ ਉਹਨਾਂ ਨੂੰ ਉਹਨਾਂ ਦੇ ਹੱਥ ਮਡਾਉਨ ਮਿਹਨਤ ਕਰਨੀ ਕੋਈ ਪਾਪ ਨਹੀਂ ਹੈ ਮਿਹਨਤ ਕਰਕੇ ਔਰ ਮਾਤਾ ਪਿਤਾ ਤੇ ਜਿਹੜੇ ਤੁਹਾਡੇ ਪ੍ਰਤੀ ਪਿਆਰ ਹੈ ਜਾਂ ਉਹਨਾਂ ਦੇ ਮਨ ਦੇ ਵਿੱਚ ਜੋ ਤਮੰਨਾ ਹੈ ਜੋ ਉਹਨਾਂ ਦੇ ਅਮਿਸ਼ਨ ਹੈ ਜੋ ਉਹਨਾਂ ਦੀ ਇਹ ਖਾਸ਼ਾ ਹੈ ਉਹਨਾਂ ਨੂੰ ਪੂਰਾ ਕਰੋ ਨਸ਼ਾ ਤੋਂ ਬਚ ਕੇ ਰਹੋ ਸਾਨੂੰ ਹੁਣ ਸਾਡੇ ਬੱਚੇ ਜ਼ਿਆਦਾਤਰ ਤਾਂ ਬਹੁਤ ਜ਼ਿਆਦਾ ਮੰਦਾ ਹਾਲ ਹੈ ਕਿ ਨਸ਼ੇ ਦੇ ਵਿੱਚ ਗੁਲਤਾਨ ਹੋ ਗਏ ਨੇ ਪਰ ਫਿਰ ਵੀ ਉਸ ਅਕਾਲ ਪੁਰਖ ਦੀ ਦੇਨ ਹੈ ਕਿ ਸਾਡੇ ਬੱਚੇ ਬਿਦੇ ਦੇ ਖੇਤਰ ਵਿੱਚ ਚੰਗੇ ਉੱਪਰ ਰਹੇ ਨੇ ਖੇਡਾਂ ਵਿੱਚ ਵੀ ਜਾ ਰਹੇ ਨੇ ਪਰ ਜੇ ਇਹ ਦੇ ਬੱਚੇ ਇਸ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਚੁੱਕੇ ਨੇ ਮੈਂ ਉਹਨਾਂ ਨੂੰ ਇੱਕ ਨਸੀਹਤ ਦੇਣਾ ਜਾਂ ਉਹਨਾਂ ਨੂੰ ਐਡਵਾਈਸ ਕਰਦਾ ਜਾਂ ਮੇਰੀ ਅਪੀਲ ਹੈ ਕਿ ਉਹਨਾਂ ਵਿੱਚੋਂ ਨਿਕਲ ਕੇ ਆਪਣਾ ਜ਼ਿੰਦਗੀ ਨੂੰ ਬਣਾਓ ਆਪਣਾ ਮਿਸ਼ਨ ਨੂੰ ਗੱਟ ਕਰੋ ਔਰ ਆਪਣੇ ਮਾਤਾ ਪਿਤਾ ਜਿਹੜੇ ਉਹਨਾਂ ਦੇ ਸ਼ਾਮਾਨੇ ਜਾਂ ਉਹਨਾਂ ਦੇ ਜਿਹੜੇ ਚਾਹ ਨੇ ਉਹਨਾਂ ਨੂੰ ਪੂਰਾ ਕਰੋ ਜਿੱਪਾ ਸਾਹਿਬ ਜਦੋਂ ਤੁਸੀਂ ਹੁਣ ਬਤੌਰ ਡੀਐਸਪੀ ਬਟਾਲੇ ਤੁਸੀਂ ਡਿਊਟੀ ਕਰ ਰਹੇ ਹੋ ਜਦੋਂ ਤੁਸੀਂ ਆਪਣੇ ਜੱਦੀ ਪਿੰਡ ਜਾਂਦੇ ਹੋ ਵਾਪਸ ਉਸ ਟਾਈਮ ਤੇ ਤੁਹਾਨੂੰ ਕਿਤੇ ਨਾ ਕਿਤੇ ਕੋਈ ਲੋਕ ਕਹਿੰਦੇ ਨਹੀਂ ਕਿ ਸਾਡੇ ਜਿਹੜੇ ਡੀਐਸਪੀ ਸਾਹਿਬ ਆਏ ਨੇ ਪਹਿਲਾਂ ਮਾਸਟਰ ਦਾ ਕੰਮ ਕਰਦੇ ਸੀਗੇ ਟੇਲਰ ਮਾਸਟਰ ਸੀਗੇ ਤੁਹਾਨੂੰ ਲੱਗਦਾ ਨਹੀਂ ਕਿ ਦੋ ਜੀ ਪਿੰਡ ਤਾਂ ਮੈਨੂੰ ਤਕਰੀਬ 22 23 ਸਾਲ ਹੈ ਮੈਂ ਉਹ ਤੋਂ ਪਿੰਡ ਛੱਡ ਕੇ ਆਪਣੇ ਜਿਹੜੋਂ ਮੈਂ ਪ੍ਰਤੀਯੋਗ ਕੀਤਾ ਮੈਂ ਉਹ ਛੱਡ ਕੇ ਆ ਚੁੱਕਾ ਬਟ ਜਿਹੜੇ ਮੇਰੇ ਹਾਂਦੇ ਨੇ ਜਾਂ ਜਿਹੜਾ ਮੇਰਾ ਪਰਿਵਾਰ ਉਹ ਤਾਂ ਜਾਣਦਾ ਨਾ ਮਾਂ ਤਾਂ ਮੈਨੂੰ ਆ ਮਾਂ ਮੈਨੂੰ ਹੋਣਾ ਚਾਹੀਦਾ ਕਿ ਮੈਂ ਇੱਕ ਇੱਕ ਜ਼ੀਰੋ ਪਰਿਵਾਰ ਤੋਂ ਉੱਠ ਕੇ ਉਸ ਅਕਾਲਪੁਰ ਦੀ ਮਹਿਰਸਤ ਦਾ ਅੱਜ ਮੈਂ ਬਟਾਲਾ ਸ਼ਹਿਰ ਵਿੱਚ ਗੁਰੂ ਨਾਨਕ ਦੀ ਨਗਰੀ ਵਿੱਚ ਇੱਕ ਸੇਵਾ ਨਿਭਾ ਰਿਹਾ ਮੈਂ ਕੋ ਡਿਊਟੀ ਨਹੀਂ ਕਰ ਰਿਹਾ ਮੈਂ ਸੇਵਾ ਮੈਂ ਪਹਿਲੇ ਦਿਨ ਜੁਆਇਨ ਕੀਤਾ ਸੀਗਾ ਮੈਂ ਉਸ ਦਿਨ ਪ੍ਰਣ ਕੀਤਾ ਸੀ ਇਹ ਅਕਾਲਪੁਰ ਸੱਚੇ ਪਾਤਸ਼ਾਹ ਤੂੰ ਦਤਾ ਰਹਾ ਤੂੰ ਨਰੰਗ ਕਰ ਰਹਾ ਤੂੰ ਪ੍ਰਮਾਤਮਾ ਮੈਂ ਤੇਰੀ ਨਗਰੀ ਜਿਹੜੀ ਵਸਾਈ ਹੈ ਤੁਸੀਂ ਇੱਥੇ ਕਿੰਨਾ ਚਿਰ ਰਹੇ ਹੋ ਤੇ ਮੈਨੂੰ ਸੇਵਾ ਕਰਨ ਦਾ ਸਮਰੱਥ ਬਖਸ਼ੋ ਮੈਂ ਕੋ ਡਿਊਟੀ ਨਹੀਂ ਕਰ ਰਿਹਾ ਮੈਂ ਸੇਵਾ ਕਰ ਰਿਹਾ ਪਿੱਛੇ ਬਾਬਾ ਜੀ ਦੇ ਪੂਰਵ ਤੇ ਉਹਨਾਂ ਨੇ ਆਪੇ ਸੇਵਾ ਆਪੇ ਕਰਾ ਲਈ ਮੈਨੂੰ ਤੇ ਪਤਨ ਨਹੀਂ ਜਿੰਨੀ ਮੇਰੀ ਏਜ ਹੈ ਉਹਨਾਂ ਨੇ ਉਦੋਂ ਵੱਧ ਮੇਰੇ ਕੋਲ ਸੇਵਾ ਕਰਾ ਲਈ ਇਹ ਜੋ ਉਸ ਕਾਲਪੁਰ ਦੇ ਜੀ ਦੇ ਨਾ ਤੰਦਰੁਸਤੀਆਂ ਕਾਲਪੁਰ ਬਖਸ਼ਾ ਜਿਹੜੀਆਂ ਬਿਮਾਰੀਆਂ ਕਾਲਪੁਰ ਖ ਦਿੰਦਾ ਪਰ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਉਸ ਕਾਲਪੁਰ ਉਸ ਤੇ ਕਿ ਜੋ ਵੀ ਸਾਨੂੰ ਦੁੱਖ ਜਾਂ ਸੁੱਖ ਮਿਲਦਾ ਉਹਦਾ ਸ਼ੁਕਰ ਕਰੋ ਡਾਕਟਰ ਸਾਹਿਬ ਤੁਸੀਂ ਮੰਨਦੇ ਹੋ ਕਿ ਤੁਹਾਡੇ ਮਾਪਿਓ ਦਾ ਤੇ ਤੁਹਾਡੇ ਅਕਾਲ ਪੁਰਖ ਦਾ ਪ੍ਰਮਾਤਮਾ ਦਾ ਤੁਹਾਡੇ ਨਾਲ ਜਰਾ ਇਹ ਬਹੁਤ ਉਹਨਾਂ ਦੀ ਅਸ਼ੀਰਵਾਦ ਅਸ਼ੀਰਵਾਦ ਸਦਕਾ ਹੀ ਤੁਹਾਡੇ ਨਾਲ ਐਦਾਂ ਜਰਾ ਸਭ ਤੋਂ ਪਹਿਲਾਂ ਤੇ ਮਾਂ-ਬਾਪ ਦੀ ਕਦਰ ਕਰੋ ਨਾ ਜਿਨ੍ਹਾਂ ਨੇ ਤੁਹਾਨੂੰ ਤੀਜਾ ਨੇਤਰ ਬਖਸ਼ਣ ਦੀ ਜਨਨਨ ਤੁਹਾਨੂੰ ਪਾਲਿਆ ਜਾਂ ਉਹਨਾਂ ਨੇ ਤੁਹਾਨੂੰ ਜਨਮ ਦਿੱਤਾ ਉਹ ਅਕਾਲ ਪੁਰਖ ਦਿੱਤੇ ਉਹਨਾਂ ਦੀ ਮਿਹਰ ਸਦਕਾ ਜੇ ਸਾਡੇ ਮਾਂ-ਬਾਪ ਖੁਸ਼ ਨੇ ਅਕਾਲ ਪੁਰਖ ਵੀ ਆਪੇ ਖੁਸ਼ ਹੈ ਅਕਾਲ ਪੁਰਖ ਇਹ ਥੋੜੀ ਕਹਿੰਦਾ ਕਿ ਤੁਸੀਂ ਮਾਂ-ਬਾਪ ਦੀ ਕਦਰ ਨਾ ਕਰੋ ਤੁਸੀਂ ਨਸ਼ੇ ਕਰੋ ਜਾਂ ਤੁਸੀਂ ਵਧੀਆਂ ਕਰੋ ਉਹ ਤਾਂ ਸਾਨੂੰ ਬਚਾ ਕੇ ਰੱਖਦੇ ਆ ਪਰ ਸਾਨੂੰ ਕੋਈ ਸਾਡੇ ਕਰਮ ਜਿਹੜੇ ਅਕਾਊਂਟ ਕਰਦੇ ਨੇ ਜਾਂ ਸਾਡੇ ਮਾਤਾ ਪਿਤਾ ਦੇ ਕਰਮ ਹੁੰਦੇ ਨੇ ਜਾਂ ਸਾਡੇ ਬੱਚਿਆਂ ਦੇ ਕਰਮੇ ਉਹ ਚ ਕਰਕੇ ਹੁੰਦੇ ਕਿ ਉਹਨਾਂ ਨੂੰ ਸਜ਼ਾ ਮਿਲਦੀ ਹੈ। ਡਿਪਟੀ ਸਾਹਿਬ ਬਟਾੜੇ ਦੇ ਲੋਕ ਜਿਹੜੂ ਕ੍ਰਿਮੀਨਲ ਲੋਕ ਨੇ ਜਿਹੜੇ ਤੁਹਾਨੂੰ ਦੇਖ ਕੇ ਡਰ ਜਾਂਦੇ ਨੇ ਗਲੀਆਂ ਵਿੱਚ ਭੱਜ ਜਾਂਦੇ ਨੇ ਡਿਪਟੀ ਸਾਹਿਬ ਆ ਰਹੇ ਨੇ ਪਤਾ ਨਹੀਂ ਕਿੱਦਾਂ ਦਾ ਉਹਨਾਂ ਦਾ ਸੁਭਾਅ ਕਿੱਦਾਂ ਬੋਲਣਗੇ ਡਰ ਲੱਗਦਾ ਹੈ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਕ੍ਰਿਮੀਨਲ ਨੂੰ ਡਰ ਹੋਣਾ ਚਾਹੀਦਾ ਪੁਲਿਸ ਅਫਸਰ ਦਾ ਵਿੱਚ ਕੋਈ ਸ਼ੱਕ ਨਹੀਂ ਹੈ। ਜੇ ਕ੍ਰਿਮੀਨਲ ਬੰਦੇ ਸਰ ਕੋ ਨਾ ਡਰਨਗੇ ਤੇ ਫਿਰ ਪੁਲਿਸ ਅਫਸਰ ਦਾ ਮਤਲਬ ਹੀ ਕੋਈ ਨਹੀਂ ਨ ਮੈਂ ਉਸ ਕਾਲਪੁਰੀ ਦੇ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਕ੍ਰਿਮੀਨਲ ਬੰਦਾ ਮੈਨੂੰ ਵੇਖ ਕੇ ਅੱਗੇ ਪਿੱਛੇ ਹੋ ਜਾਂਦਾ ਹੈ ਹਰ ਪੁਲਿਸ ਅਸਸਨ ਨੂੰ ਹਰ ਪੁਲਿਸ ਅਸਸ ਜੋ ਵੀ ਹੈ ਚਾਹੇ ਉਹ ਕੌਨਸਟੇਬਲ ਆ ਚਾਹੇ ਉਹ ਜੀਓ ਰੈਂਕ ਤੱਕ ਆ ਮੈਂ ਇਸ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਬੇਨਤੀ ਕਰਦਾ ਕਿ ਹਰ ਹਰ ਵੇਲੇ ਹਰ ਟਾਈਮ ਜਦ ਜਿੱਥੇ ਕੋਈ ਵਾਰਦਾਤ ਹੁੰਦੀ ਹੈ ਸਾਨੂੰ ਖੁਦ ਜਾ ਕੇ ਉਸ ਦਾ ਜਾਇਜ਼ਾ ਕਰਨਾ ਚਾਹੀਦਾ ਪਬਲਿਕ ਦੇ ਵਿਚਰੋ ਪਬਲਿਕ ਨਾਲ ਬੋਲਚਾਲ ਆਪਣਾ ਵੇਖੋ ਉਹਨਾਂ ਦੀਆਂ ਪ੍ਰੋਬਲਮ ਸੁਣੋ ਉਹਨਾਂ ਦਾ ਹੱਲ ਕਰੋ ਪੁਲਿਸ ਅਫਸਰ ਦੀ ਬਹੁਤ ਵੱਡੀ ਦੇਣ ਹੈ ਪੁਲਿਸ ਅਫਸਰ ਜਿਹੜਾ ਹੈ ਇਹ ਮਾਲਕ ਦੀ ਕਿਰਪਾ ਹੈ ਕਿ ਜੇ ਕੋ ਪੁਲਿਸ ਵਿੱਚ ਭਰਤੀ ਹੋਣਾ ਬਹੁਤ ਮੁਸ਼ਕਲ ਹੈ ਇਸ ਕਰਕੇ ਮੈਂ ਐਂਡ ਦੇ ਵਿੱਚ ਇਹੀ ਕਹੂੰਗਾ ਨੌਜਵਾਨ ਪੀੜ੍ਹੀ ਨੂੰ ਤੇ ਬਟਾਲਾ ਸ਼ਹਿਰ ਦੇ ਨਿਵਾਸੀਆਂ ਨੂੰ ਨੌਜਵਾਨ ਪੀੜ੍ਹੀ ਨੂੰ ਮੇਰੀ ਇਹ ਐਡਵਾਈਸ ਹੈ ਕਿ ਤੁਸੀਂ ਨਸ਼ੇ ਤੋਂ ਗੁਲਤਾਨ ਦੇ ਵਿੱਚ ਫਸੇ ਹੋ ਬਾਹਰ ਨਿਕਲੋ ਔਰ ਸ਼ਹਿਰ ਦੇ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਅਪੀਲ ਹੈ ਕਿ ਅੱਗੇ ਫੈਸਟੀਵਲ ਆ ਰਹੇ ਨੇ ਤੇ ਆਪਣੀ ਜਿਹੜੀ ਸੇਫਟੀ ਹੈ ਖੁਦ ਕਰੋ ਕੋਈ ਮਾੜੀ ਘਟਨਾ ਨਾ ਵਾਪਰੇ ਆਪਣੀ ਜਿਹੜੀ ਟ੍ਰੈਫਿਕ ਦੇ ਰੂਲਾਂ ਨੂੰ ਅਡਾਪਟ ਕਰੋ ਟ੍ਰੈਫਿਕ ਦੇ ਵਿੱਚ ਜਿਹੜੇ ਲੱਗੇ ਕਰਮਚਾਰੀ ਉਹਨਾਂ ਦਾ ਕਹਿਣਾ ਮੰਨੋ ਔਰ ਜਿਹੜੀਆਂ ਤੁਸੀਂ ਵੱਧ ਤੋਂ ਵੱਧ ਇਨਕੋਰੇਜਮੈਂਟਾਂ ਕੀਤੀਆਂ ਉਹਨਾਂ ਨੂੰ ਸਮਾਨੂਸਮਿਤ ਕੇ ਅਪ ਰੱਖੋ ਕਿਉਂਕਿ ਮਾੜੀ ਇਨਸੀਡੈਂਟ ਹੋਣਾ ਸਿਰਫ ਇੱਕ ਜਾਂ ਦੋ ਮਿੰਟ ਦਾ ਕੰਮ ਹੁੰਦਾ ਕੋਈ ਮਾੜਾ ਅਨਸਰ ਆ ਕੇ ਉਸ ਮੋਟਰਸਾਈਕਲ ਵਿੱਚ ਜਾਂ ਜਿਹੜਾ ਸਮਾਨ ਰੱਖਿਆ ਉਹ ਵੀ ਕੋਈ ਰੱਖ ਜੇ ਉਹ ਸਾਨੂੰ ਕਿ ਉਹ ਤਾਂ ਮਤਲਬ ਉਹ ਸਾਨੂੰ ਭੁਗਤਣਾ ਪੈਂਦਾ ਹੈ ਇਸ ਕਰਕੇ ਮੇਰੀ ਅਖੀਰ ਵਿੱਚ ਸ਼ਹਿਰ ਬਟਾਲਾ ਸ਼ਹਿਰ ਦੇ ਨਾਗਰਿਕਾਂ ਖਾਸ ਕਰਕੇ ਦੁਕਾਨਦਾਰਾਂ ਨੂੰ ਇਸ ਸਾਭ ਜਿਹੜੇ ਮੀਡੀਆ ਦੇ ਥਰੂ ਮੈਂ ਇੱਕ ਬੇਨਤੀ ਕਰਦਾ ਅਪੀਲ ਕਰਦਾ ਕਿ ਜਿਹੜੇ ਫੈਸਟੀਵਲ ਆ ਰਹੇ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਆਪਣੇ ਜਿਹੜਾ ਸਮਾਨ ਹੈ ਉਹਨੂੰ ਸੰਕੋਚੋ ਆਪਣੀ ਦੁਕਾਨਦਾਰੋ ਔਰ ਜਿਹੜੇ ਟ੍ਰੈਫਿਕ ਦੇ ਰੂਲਸ ਨੇ ਉਹਨਾਂ ਨੂੰ ਬਰੋਕਨ ਨਾ ਕਰੋ ਪੁਲਿਸ ਟ੍ਰੈਫਿਕ ਦੇ ਜਿਹੜੇ ਸਟਾਫ ਸਾਡਾ ਲੱਗਾ ਉਹਨਾਂ ਦੀ ਮਦਦ ਕਰੋ ਉਹਨਾਂ ਤੋਂ ਵੱਧ ਵੱਧ ਲਹਾ ਲਓ ਤੇ ਵੱਧ ਵੱਧ ਉਹਨਾਂ ਨੂੰ ਆਪਣੇ ਏਰੀਆ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੋ ਤਾਂ ਜੋ ਜਿਹੜਾ ਸਾਡਾ ਆਉਣ ਵਾਲੇ ਫੈਸਟੀਵਲ ਦੇ ਦੌਰਾਨ ਜੋ ਵੀ ਸਾਡਾ ਕੋਈ ਮਿਸਹੈਪਨਿੰਗ ਨਾ ਹੋ ਸਕੇ ਜਾਂ ਮਾੜੀ ਘਟਨਾ ਨਾ ਵਾਪਰ ਸਕੇ ਸਸੀ ਗੱਲ ਜੀ ਅੱਜ ਤੁਹਾਨੂੰ ਬਤੋੜ ਡੀਐਸਪੀ ਰਿੰਦਰ ਸਿੰਘ ਸਿੰਘ ਗਿੱਲ ਜੀ ਨਾਲ ਮਿਲਾਇਆ ਜਿਨ੍ਹਾਂ ਨੇ ਗਰੀਬੀ ਪਰਿਵਾਰ ਦੇ ਵਿੱਚ ਉੱਠ ਕੇ ਅੱਜ ਬਤੌਰ ਬਟਾਲਾ ਸਿਟੀ ਵਿੱਚ ਡੀਐਸਪੀ ਦੀ ਰੈਂਕ ਦੇ ਉੱਤੇ ਬਤੌਰ ਡਿਊਟੀ ਕਰ ਰਹੇ ਨੇ ਕੈਮਰਾਮੈਨ ਜਸਵਿੰਦਰ 베ਦੀ ਦੇ ਨਾਲ ਲक्की ਰਾਜਪੂਤ ਗੁਰਦਾਸਪੁਰ